ਸਮੇਂ ਕਲੋਨੀ ਦੀ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਕਰੋਨਾ ਵਾਇਰਸ ਦੀ ਬਿਮਾਰੀ ਬਹੁਤ ਚੱਲੀ ਹੋਈ ਹੈ, ਤੁਹਾਨੂੰ ਪਤਾ ਵੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੋਰ ਸਟੇਟਾਂ ਦੇ ਮੁੱਖ ਮੰਤਰੀ ਅਪੀਲ ਕਰ ਰਹੇ ਨੇ, ਬਾਕੀ ਇਟਲੀ ਦੀ ਤੁਸੀਂ ਵੇਖ ਹੀ ਲਿਆ ਕਿੰਨੀਆਂ ਡੈਡ ਬੋਡੀਆਂ। ਲੇਕਿਨ ਮੈਂ ਏਸੀ ਪਵਨ ਕੁਮਾਰ ਬੇਨਤੀ ਕਰਨਾ ਚਾਹੁੰਦਾ ਭੈਣਾਂ ਨੂੰ ਵੀ ਇਹ ਜਿਹੜੇ ਬੰਦੇ ਵਿਹਲੇ ਨੇ ਕਹਿੰਦੇ ਵੀ ਸਾਡੇ ਕੋਲ ਰਾਮ ਨਹੀਂ ਪਚਦਾ, 21 ਦਿਨ ਰਾਮ ਨਹੀਂ ਪਚਦਾ, ਕਹਿੰਦੇ ਅਸੀਂ ਵਿਹਲੇ ਨਹੀਂ ਰਹਿ ਸਕਦੇ। ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੰਮ ਲਾਓ, ਇਹਨਾਂ ਨੂੰ ਘਰ ਦੀਆਂ ਸਫਾਈਆਂ ਕਰਾਓ, ਛੱਤਾਂ ਸਾਫ ਕਰਾਓ, ਰੇਲਿੰਗ ਸਾਫ ਕਰਾਓ, ਭਾਂਡੇ ਧੋਓ, ਕੱਪੜੇ ਧੋਓ, ਇਹਨਾਂ ਤੋਂ ਘਰ ਦੀ ਸਫਾਈ ਹੋਵੇਗੀ, ਨਾਲੇ ਕੋਰੋਨਾ ਵਾਇਰਸ ਦੀ ਸਫਾਈ ਹੋਵੇਗੀ ਤੇ ਨਾਲੇ ਇਹਨਾਂ ਦੀ ਵੀ ਸਫਾਈ ਹੋਵੇਗੀ, ਨਾਲੇ ਰੋਟੀ ਪਕਾਉਣੀ ਸਿੱਖ ਜਾਣਗੇ 21 ਦਿਨ। ਕੱਲ ਮੇਰੀ ਭੈਣਾਂ ਨੂੰ ਕਿਸੇ ਪਾਸੇ ਜਾਣਾ ਪਏ ਫਿਕਰ ਨਹੀਂ ਹੋਏਗਾ, ਮੇਰੀ ਭੈਣਾਂ ਨੂੰ ਵੀ ਪਿੱਛੋਂ ਰੋਟੀ ਪਕਾ ਲੈਣਗੇ ਕਿਉਂਕਿ 21 ਦਿਨ ਦਾ ਤਜਰਬਾ ਇਹਨਾਂ ਨੂੰ ਹੋ ਜਾਏਗਾ। ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੀਆਂ ਭੈਣਾਂ ਮੇਰੇ ਨਾਲ ਸਹਿਮਤ ਨੇ, ਭਾਰਤ ਮਾਤਾ ਕੀ ਸਾਰੇ ਬੋਲੋ, ਜਿਹੜੀ ਮੇਰੇ ਭੈਣਾਂ ਸਹਿਮਤ ਇਹਨਾਂ ਨੂੰ ਕੰਮ ਲਾ, ਅੰਦਰ ਤੁਸੀਂ ਦੱਸੋ, ਬਾਹਰ ਆਏ ਆਣਗੇ ਤਾਂ ਅਸੀਂ ਦੱਸਾਂਗੇ, ਲਓ ਕੰਮ ਇਹਨਾਂ ਨੂੰ ਬੋਲੋ, ਵੇਖੋ ਇਹਨਾਂ ਦੀ ਟੂਈਆਂ ਸਿੱਧੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ, ਕਰਾਓ ਕੰਮ ਇਹਨਾਂ ਤੋਂ ਭੈਣਾਂ, ਜਿਹੜੇ ਭੈਣਾਂ ਸਹਿਮਤ ਨੇ ਹੱਥ ਖੜਾ ਕਰਾਂ ਮੇਰੀਆਂ, ਕਰਾਓ ਕਰਾਓ ਕੰਮ ਕਰਾਓ ਮੇਰੀਆਂ ਭੈਣਾਂ ਨਾਲ ਤੋਂ, ਇਹ ਵਿਹਲੇ ਫਿਰਦੇ ਪਏ ਨੇ, ਕਮਾਲ ਦੀ ਗੱਲ ਦੱਸੋ, ਤੁਸੀਂ ਕੰਮ ਲੱਗਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੇ ਪ੍ਰਮਾਤਮਾ ਨੇ ਇਹਨਾਂ ਨੂੰ 21 ਦਿਨ ਦੇ ਆਰਾਮ ਕਰਨ ਦਿੱਤਾ, ਕਹਿੰਦੇ ਨਹੀਂ ਸਾਨੂੰ ਆਰਾਮ ਪਾਇਆ, ਤੂੰ ਭੈਣਾਂ ਬਹਿ ਜਾਓ ਆਰਾਮ ਨਾਲ, ਲਾਓ ਕੰਮ ਇਹਨਾਂ ਨੂੰ।